ਲਓ ਜੀ ਸੰਗਤਾਂ ਫੋਟੋਆਂ ਕਰਾਉਂਦੀਆਂ ਨੇ ਕਿਉਂਕਿ ਆਪਣੇ ਪਿੰਡ ਵਾਲਿਆਂ ਨੂੰ ਬਹੁਤ ਦੋਸਤੋ ਕਿਵੇਂ ਕੀ ਹਾਲ ਚਾਲ ਅਤੇ ਸਵਾਗਤ ਕਰਦੇ ਹਾਂ ਇੱਕ ਨਵੇਂ ਵਲੌਗ ਵਿੱਚ ਅਤੇ ਸਵੇਰ ਦੇ ਕਹਿੰਦੇ 5:30 ਹੋਏਗਾ ਸਵੀਟਾਂ ਫੜੀਆਂ ਹੋਈਆਂ ਨੇ ਕਿਉਂਕਿ ਅੱਜ ਆਪਾਂ ਜਾਣਾ ਗਾ ਗੁਰੂ ਨਾਨਕ ਸਰ ਸਾਹਿਬ ਅਤੇ ਨਾਨਕ ਚੀਰਾ ਤੁਹਾਨੂੰ ਦਿਖਾਵਾਂਗੇ ਵਲੌਗ ਨਾਲ ਬਣੇ ਰਹੋ ਬਹੁਤ ਲੰਬਾ ਸਫ਼ਰ ਅੱਜ ਦਾ ਅਤੇ ਜਿਹੜਾ ਵੀ ਚੈਨਲ 'ਤੇ ਨਵਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਦਿਖਾਉਂਦੇ ਹਾਂ ਤੁਹਾਨੂੰ ਵਲੌਗ ਲਓ ਜੀ ਆਪਣੀਆਂ ਦੋ ਗੱਡੀਆਂ ਆ ਗਈਆਂ ਇੱਕ ਆਹ ਗੱਡੀ ਆ ਇੱਕ ਉਹ ਵਾਲੀ ਆ ਦੋਨੇ ਜਾਣਗੀਆਂ ਅੱਜ ਦੇਖਦੇ ਹਾਂ ਦਰਸ਼ਨ ਕਰਾਂਗੇ ਨਾਨਕ ਸਰ ਨਾਨਕ ਝੀਰਾ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਲਓ ਜੀ ਇਹ ਆਪਾਂ ਪਹੁੰਚ ਗਏ ਹਾਂ ਰਸਤੇ ਤੋਂ ਰਸਤੇ ਵਿੱਚ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਬਾਬਾ ਫਤਿਹ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਨਾਂ 'ਤੇ ਬਣਿਆ ਹੋਇਆ ਹੈ ਇਹ ਕੋਈ ਇਤਿਹਾਸਿਕ ਗੁਰੂ ਘਰ ਨਹੀਂ ਹੈਗਾ ਇਹ ਬਾਬਾ ਇਹ ਗੁਰਦੁਆਰਾ ਸਾਹਿਬ ਬਾਬਾ ਬਲਵਿੰਦਰ ਸਿੰਘ ਜੋ ਬਾਬਾ ਨਿਧਾਨ ਸਿੰਘ ਜੀ ਦੇ ਇਸ ਸਮੇਂ ਸੇਵਾ ਮਾਰੇ ਨੇ ਉਹਨਾਂ ਵੱਲੋਂ ਬਣਾਇਆ ਗਿਆ ਕਿ ਆਉਂਦੀਆਂ ਜਾਂਦੀਆਂ ਸੰਗਤਾਂ ਇੱਥੇ ਦਾਮ ਲੈ ਸਕਣ ਅਤੇ ਹੁਣ ਆਪਾਂ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਇਸ ਨੂੰ ਆਪਣੇ ਪਿੰਡਾਂ ਵਾਲੇ ਜਹਾਜ਼ ਵਾਲਾ ਗੁਰਦੁਆਰਾ ਵੀ ਕਹਿ ਜਾਂਦੇ ਕਿਉਂਕਿ ਉੱਪਰ ਇਹਦੇ ਜਹਾਜ਼ ਲੱਗਿਆ ਹੋਇਆ ਹੈਗਾ ਅਤੇ ਹੁਣ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਾਉਣੇ ਆ ਲੰਗਰ ਪਾਣੀ ਦੁਆਰੇ ਪੂਰਾ ਪ੍ਰਬੰਧ ਆ ਅਤੇ ਇੱਥੇ ਜਿੰਨੀਆਂ ਵੀ ਗੱਡੀਆਂ ਜਾਂਦੀਆਂ ਨੇ ਜਾਣੀਆਂ ਇੱਥੋਂ
ਸਾਰੇ ਲੰਗਰ ਪਾਣੀ ਇੱਥੇ ਛਕਦੇ ਆ। ਹਾਂਜੀ, ਇਹ ਗੁਰੂ ਘਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ 180 ਕਿਲੋਮੀਟਰ ਦੂਰ ਹੈ ਅਤੇ 100 ਕਿਲੋਮੀਟਰ ਅੱਗੇ ਹੈ ਨਾਨਕ ਚੀਰਾ ਸਾਹਿਬ। ਅਤੇ ਉਰੋਂ ਆਪਾਂ ਕੜਾਹ ਪ੍ਰਸ਼ਾਦ ਦੇਖ ਕੇ ਲੈਂਦੇ ਹਾਂ ਅਤੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ, ਹੁਣ ਇਹ ਆ ਗਿਆ ਜਹਾਜ਼, ਇਸ ਨੂੰ ਆਪਣੇ ਪਿੰਡਾਂ ਵਾਲੇ ਜਹਾਜ਼ ਵਾਲਾ ਗੁਰੂ ਘਰ ਵੀ ਕਹਿ ਦਿੰਦੇ ਆ। ਫੌਜੀਆਂ ਇੱਧਰ ਚੱਲੋ, ਨਾਲ ਸਿਰ ਲੱਗਦਾ ਇਹਦੇ। ਲਓ ਜੀ, ਹੁਣ ਆਪਾਂ ਚੱਲਦੇ ਅੰਦਰ ਜਹਾਜ਼ ਦੇ, ਬਾਏ ਫੇਰ ਕਰ ਲਿਓ। ਲਓ ਜੀ, ਸਾਰਾ ਮਿਊਜ਼ੀਅਮ ਬਣਾਇਆ ਹੋਇਆ ਇੱਥੇ, ਯਾਦਗਾਰੀ ਫੋਟੋਆਂ ਲੱਗੀਆਂ ਹੋਈਆਂ ਆਪਣੇ ਬਾਬਾ ਜੀ ਦੀਆਂ। ਇਤਿਹਾਸਕ ਫੋਟੋਆਂ ਲੱਗੀਆਂ ਹੋਈਆਂ ਇੱਥੇ ਸਾਰੇ। ਲਓ ਜੀ, ਇੱਦਾਂ ਬੈਠੇ ਆ ਸਾਰੇ, ਕੇ ਸ਼ੀਸ਼ੇ ਲੱਗੇ ਹੋਏ ਆ ਤੇ ਬਹਿ ਚੁੱਕੇ ਨੇ ਦੇਖੋ ਆਪਣੇ ਯਾਤਰੀ ਸਾਰੇ। ਮਾਰਲਾ ਦ੍ਰਿਸ਼ ਕੁਛ ਇਸ ਤਰ੍ਹਾਂ ਯਾਦ ਆ। ਲੱਗਦਾ ਮੇਰਾ ਕੱਦ ਤਾਂ ਲੱਗਦਾ ਜੀ। ਇੱਧਰ ਆ ਗਿਆ ਲੰਗਰ ਹਾਲ, ਲੰਗਰ ਛਕਦੇ ਹਾਂ ਫਿਰ ਮਿਲਦਾ ਤੁਹਾਨੂੰ। ਇੱਧਰ ਬਣੇ ਹੋਏ ਨੇ ਆ ਘੋੜੇ ਅਤੇ ਬੂਤਾ ਅਤੇ ਮੋਰ ਅਤੇ ਸ਼ੇਰ ਅਤੇ ਉਧਰ ਹਾਥੀ ਆ ਗਿਆ। ਇਹਦੇ ਸੰਗਤ ਇੱਧਰ ਨਾ ਫੋਟੋਆਂ ਕਰਾਉਂਦੇ ਆ, ਇੱਧਰ ਹੀ ਫੋਟੋਆਂ ਕਰਾਉਂਦੇ ਹਾਂ ਆਪਾਂ, ਕਰਦੇ ਹਾਂ ਫੋਟੋ ਆਪਣੇ ਘਰਦਿਆਂ ਦੀਆਂ। ਲਓ ਜੀ, ਸੰਗਤਾਂ ਫੋਟੋਆਂ ਕਰਾਉਂਦੀਆਂ ਨੇ ਕਿਉਂਕਿ ਆਪਣੇ ਪਿੰਡਾਂ ਵਾਲਿਆਂ ਨੂੰ ਬਹੁਤ ਵਧੀਆ ਲੱਗਦਾ ਐਵੇਂ ਜਾਨਵਰਾਂ ਨਾਲ ਫੋਟੋਆਂ ਕਰਾਉਣੀਆਂ, ਨਿਕਲੀ ਹੋਣ ਪਰ ਦਿਲ 'ਚ ਬਹੁਤ ਵੱਡੀ ਫੀਲਿੰਗ ਹੁੰਦੀ ਆ ਆਪਣੇ ਪਿੰਡਾਂ ਵਾਲਿਆਂ ਦੇ ਅਤੇ ਵਧੀਆ ਲੱਗਦਾ ਇਹਨਾਂ ਨੂੰ ਅਤੇ ਬੈਠਣਾ ਬੋਤੇ 'ਤੇ।
ਹੈਂ ਵਜਾ ਬੋਤੇ ਨਹੀਂ ਉੱਠਦੇ ਬੈਠ ਲਓ ਜੀ ਹੋਰੇ ਤੁਸੀਂ ਆ ਕੇ ਰਹਿ ਵੀ ਸਕਦੇ ਹੋ ਜਿਹਨਾਂ ਦਾ ਆਪਦਾ ਵਾਹਣਾ ਤੁਸੀਂ ਉਹ ਆ ਕੇ ਉਰੇ ਰਹਿ ਵੀ ਸਕਦੇ ਸਰਾਵਾਂ ਬਣੀਆਂ ਹੋਈਆਂ ਨੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਲੰਗਰ ਪਾਣੀ ਵੀ ਖੁੱਲ੍ਹਾ 24 ਘੰਟੇ ਚੱਲਦਾ ਗਾ ਅਤੇ ਸਾਰੀਆਂ ਨਾਨਕ ਝੀਰੇ ਸਾਹਿਬ ਜਾਣ ਵਾਲੀਆਂ ਗੱਡੀਆਂ ਨੇ ਅਤੇ ਹੁਣ ਬਸ ਪਾਉਂਦੇ ਆਪਾਂ ਚੱਲ ਲਏ ਅਤੇ ਗੱਡੀ ਆਪਣੀ ਉਹ ਸੀ ਉਹ ਤਿਆਰ ਖੜ੍ਹੀ ਆ ਅਤੇ ਆਪਣੀ ਥੋੜ੍ਹੀ ਸੰਗਤ ਹਜੇ ਆਈ ਨਹੀਂ ਅਤੇ ਆਪਾਂ ਥੋੜ੍ਹੇ ਟਾਈਮ ਨੂੰ ਚੱਲਦੇ ਹਾਂ ਉਰੋਂ ਅਤੇ ਆਹ ਆਪਣੀ ਇੱਕ ਗੱਡੀ ਗਈ ਚਲੋ ਇੱਕ ਗੱਡੀ ਚੱਲ ਗਈ ਆਪਣੀ ਅਤੇ ਇੱਕ ਦੀ ਸੰਗਤ ਆਉਂਦੀ ਆ ਅਜੇ ਅਤੇ ਸੰਗਤ ਆ ਗਈ ਆਪਾਂ ਨਾਲ ਦੇ ਨਾਲ ਚੱਲੇ ਪਾ ਦਾਂਗੇ ਮਾੜੇ ਚੱਲੇ ਆਪਾਂ ਗੁਰਦੁਆਰਾ ਸਾਹਿਬ ਲਓ ਜੀ ਗੱਡੀਆਂ ਗੁੱਡੀਆਂ ਜਾ ਰਹੀਆਂ ਨੇ ਮੇਨ ਰੋਡ 'ਤੇ ਕਹਿੰਦੇ ਦੁਬਾਰੇ ਸਫ਼ਰ ਸ਼ੁਰੂ ਹੋ ਗਿਆ 100 ਕਿਲੋਮੀਟਰ ਅੱਗੇ ਹੋਰ ਹੈ ਤੁਹਾਨੂੰ ਮਿਲਦੇ ਆ ਫਿਰ ਅੱਗੇ ਆਪਾਂ 2.5 ਘੰਟਿਆਂ ਦੇ ਸਫ਼ਰ ਤੋਂ ਬਾਅਦ ਪਹੁੰਚੇ ਹਾਂ ਮਾਈ ਭਾਗ ਕੌਰ ਜੀ ਦੇ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਥੋੜ੍ਹਾ ਤੁਹਾਨੂੰ ਜਾਣੂ ਕਰਾਉਂਦੇ ਹਾਂ ਇਤਿਹਾਸ ਲਓ ਜੀ ਇਹ ਆ ਗਿਆ ਮਾਇਆ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਪਿੰਡ ਚਨਵਾੜਾ ਸਟੇਟ ਆ ਗਏ ਕਰਨਾਟਕਾ ਸਟੇਟ ਵਿੱਚ ਆ ਗਏ ਪਹਿਲਾਂ ਹੈਗੇ ਸੀ ਮਹਾਰਾਸ਼ਟਰ ਸਟੇਟ ਵਿੱਚ ਹੁਣ ਆਪਾਂ ਆ ਗਏ ਕਰਨਾਟਕਾ ਦੇ ਵਿੱਚ ਅਤੇ ਇੱਥੇ ਮਾਤਾ ਭਾਗ ਕੌਰ ਜੀ ਦਾ ਆਪਣਾ ਆਖਰੀ ਸਮੇਂ ਬਤੀਤ ਕੀਤਾ ਗਿਆ ਸਾਰਾ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਹਜ਼ੂਰ ਸਾਹਿਬ ਤੱਕ ਆਏ ਸੀ ਅਤੇ ਹਜ਼ੂਰ ਸਾਹਿਬ ਤੋਂ ਮਾਤਾ ਭਾਗ ਕੌਰ ਜੀ ਉਰੇ ਆ ਗਏ ਦੋ ਰਜਵਾੜਿਆਂ ਦੀ ਮਾਤਾ ਭਾਗ ਕੌਰ ਜੀ ਉਰੇ ਦੋ ਰਜਵਾੜਿਆਂ ਦੀ ਰੱਖਿਆ ਖਾਤਰ ਆਏ ਸੀ ਅਤੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰ ਸਾਹਿਬ ਬਾਬੂ ਹਮਾਰਾ ਨੌਨਿਤ ਤੇਰੇ ਅਖੋਟ ਭੰਡਾਰਾ ਇੱਧਰ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾਉਂਦੇ ਹਾਂ ਥੋੜ੍ਹਾ ਜਿਹਾ ਦਿਖਾ ਦਿੰਦਾ ਤੁਹਾਨੂੰ ਆ ਇਤਿਹਾਸ ਆ ਗਿਆ ਜੀ ਜ਼ੂਮ ਕਰਕੇ ਪੜ੍ਹ ਸਕਦੇ ਹੋ ਇੱਧਰ ਆ ਗਈ ਖੂਹੀ ਇਤਿਹਾਸਕ ਖੂਹ ਬਹੁਲੀ ਇੱਥੋਂ ਗੁਰਦੁਆਰਾ ਨਾਨਕ ਝੀਰਾ ਸਾਹਿਬ 14 ਕਿਲੋਮੀਟਰ ਦੂਰ ਹੈਗਾ ਅਤੇ ਅੱਧੇ ਘੰਟੇ ਦਾ ਸਫ਼ਰ ਹੋਰ ਹੈਗਾ ਤਾਂ ਚਾਹ ਛੱਕਦੇ ਹਾਂ ਫਿਰ ਬਸ ਰਵਾਨਾ ਹੁੰਦੇ ਹਾਂ ਅਗਲੇ ਸਫ਼ਰ ਲਈ ਲਓ ਜੀ ਇੱਥੇ ਸੰਗਤਾਂ ਲਈ ਚਾਹ ਦਾ ਲੰਗਰ ਲੱਗਿਆ ਸੀ ਅਤੇ ਆਪਾਂ ਨੇ ਚਾਹ ਪਾਣੀ ਛੱਕ ਲਿਆ ਅਤੇ ਬਸ ਹੁਣ ਆਪਾਂ ਅੱਗੇ ਚਾਲੇ ਪਾਉਂਦੇ ਹਾਂ ਫਿਰੋਂ ਅਤੇ ਸੰਗਤਾਂ ਖੜ੍ਹੀਆਂ ਆਪਣੀਆਂ
ਚੱਲਦੇ ਜੀ ਬਾਹਰ ਚਾਲੇ ਮਾਈ ਭਾਗ ਕੌਰ ਜੀ ਦਾ ਗੁਰਦੁਆਰਾ ਸਾਹਿਬ ਤੋਂ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਭਾਈ ਸਾਹਿਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੋ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ 5 ਪਿਆਰਾਂ ਵਿੱਚੋਂ ਭਾਈ ਸਾਹਿਬ ਸਿੰਘ ਜੀ ਦਾ ਗੁਰਦੁਆਰਾ ਲਓ ਜੀ ਹੁਣ ਆਪਾਂ ਆ ਗਏ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਦਾ ਅਤੇ ਇਤਿਹਾਸ ਗੁਰੂ ਘਰ ਪੰਜਾਂ ਪਿਆਰਾਂ ਵਿੱਚ ਇੱਕ ਪਿਆਰੇ ਭਾਈ ਸਾਹਿਬ ਸਿੰਘ ਜੀ ਲਓ ਜੀ ਆਪਾਂ ਆ ਗਏ ਭਾਈ ਸਾਹਿਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ 5 ਪਿਆਰਾਂ ਵਿੱਚੋਂ ਇੱਕ ਭਾਈ ਇੱਕ ਪਿਆਰੇ ਸੀ ਇਹ ਇਤਿਹਾਸਕ ਗੁਰੂ ਘਰ ਆ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣੇ ਹੁਣ ਤੂੰ ਸਾਂਝਾ ਸਾਹਿਬ ਬਾਬੂ ਹਮਾਰਾ ਨੌਨਿਤ ਤੇਰੇ ਅਖੋਟ ਭੰਡਾਰਾ ਲਓ ਜੀ ਹੁਣ ਆਪਾਂ ਚੱਲਦੇ ਹਾਂ ਅਤੇ ਨਾਨਕ ਝੀਰਾ ਗੁਰਦੁਆਰਾ ਸਾਹਿਬ ਵੱਲ ਹਾਂਜੀ ਲਓ ਜੀ ਪਹੁੰਚ ਚੁੱਕੇ ਹਾਂ ਆਪਾਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਤਕਰੀਬਨ 5-6 ਘੰਟਿਆਂ ਦੀ ਵਾਟ ਤੈਅ ਕਰਕੇ ਆਪਾਂ ਆ ਗਏ ਤੜਕੇ 5 ਵਜੇ ਤੁਰੇ ਸੀ ਅਤੇ ਟਾਈਮ ਹੋ ਚੁੱਕਿਆ 12 ਦਾ ਅਤੇ ਪਹੁੰਚ ਗਏ ਵਧੀਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਬਹੁਤ ਜ਼ਿਆਦਾ ਵੱਡੀ ਆ ਰਿਹਾਇਸ਼ ਦਾ ਇੱਥੇ ਪੂਰਾ ਪ੍ਰਬੰਧ ਹੈ ਲੰਗਰ ਪਾਣੀ 24 ਘੰਟੇ ਚੱਲਦਾ ਅਤੇ ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਆ ਅਤੇ ਉਹ ਆਪਣੀਆਂ ਉਦਾਸੀਆਂ ਵੇਲੇ ਇੱਥੇ ਆਏ ਸੀ ਅਤੇ ਇੱਥੋਂ ਹੀ ਉਹਨਾਂ ਨੇ ਮਿੱਠਾ ਪਾਣੀ ਨਿਕਲਿਆ ਸੀ ਅਤੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਜਾ ਕੇ ਪਾਣੀ ਦਾ ਲੰਗਰ ਲੱਗਿਆ ਹੋਇਆ ਠੰਡੇ ਪਾਣੀ ਦਾ ਅਤੇ ਹੁਣ ਤੁਹਾਨੂੰ ਗੁਰੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਪਹਿਲਾਂ ਆਪ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਣੇ ਆ ਇਸ਼ਨਾਨ ਕਰਦੇ ਹਾਂ ਸਰੋਵਰ ਵਿੱਚ 6 ਘੰਟਿਆਂ ਦਾ ਲੰਬਾ ਸਫ਼ਰ ਤੋਂ ਬਾਅਦ ਪਹੁੰਚ ਗਏ ਆਪਾਂ ਲਓ ਜੀ ਇਹ ਆ ਗਿਆ ਸਰੋਵਰ ਗੁਰਦੁਆਰਾ ਨਾਨਕ ਝੀਰਾ ਸਾਹਿਬ ਅਤੇ ਹੁਣ ਆਪਾਂ ਇਸ਼ਨਾਨ ਕਰਦੇ ਹਾਂ ਫਿਰ ਮਿਲਦਾ ਹੁਣ ਇਸ਼ਨਾਨ ਕਰਨ ਤੋਂ ਬਾਅਦ ਲਓ ਜੀ ਇੱਥੇ ਕੜਾਹ ਪ੍ਰਸ਼ਾਦ ਡਿੱਗਾਂ ਤਿਆਰ ਹੁੰਦੀਆਂ ਨੇ ਪ੍ਰਸ਼ਾਦ ਹੁਣ ਆਪਾਂ ਅੰਦਰ ਮੱਥਾ ਟੇਕਣ ਲਈ ਚੱਲਦੇ ਹਾਂ ਲਓ ਜੀ ਹੁਣ ਆਪਾਂ ਯਾਰਾਂ ਦਰਸ਼ਨ ਕਰਨ ਨਾਲ ਨਾਲ ਸੋਨੂੰ ਵੀ ਕਰਾਵਾਂਗੇ ਦਰਸ਼ਨ ਸਾਂਝਾ ਸਾਹਿਬ ਬਾਬੂ ਹਮਾਰਾ ਨੌਨਿਤ ਤੇਰੇ ਅਖੋਟ ਪੰ
ਗੁਰਦੁਆਰਾ ਸਾਹਿਬ ਦਾ ਜਿਹੜਾ ਕਾਫੀ ਬਹੁਤ ਵੱਡੀ ਜਗ੍ਹਾ ਹੈਗੀ ਅਤੇ ਬਹੁਤ ਪੇੜ ਪੌਦੇ ਲੱਗੇ ਹੋਏ ਆ ਇੱਧਰ ਅੰਦਰ ਵਧੀਆ ਬਣਿਆ ਹੋਇਆ ਪਾਰਕਿੰਗ ਦੀ ਪਾਰਕਿੰਗ ਲੱਗੀ ਹੋਈ ਉੱਧਰ ਦੂਜੇ ਪਾਸੇ ਇੱਧਰ ਮੇਨ ਗੇਟ ਆ ਗਿਆ ਇੱਕ ਉੱਧਰ ਗੇਟ ਆ ਅਤੇ ਅੰਦਰ ਫੋਟੋਗ੍ਰਾਫੀ ਬਣਾਂਗੀ ਨਿਸ਼ਾਨ ਸਾਹਿਬ ਆ ਗਿਆ ਗੁਰਦੁਆਰਾ ਗੁਰੂ ਅਣ ਝੀਰਾ ਸਾਹਿਬ ਦਰਸ਼ਨ ਕਰਕੇ ਆ ਗਏ ਸੀ ਹੁਣ ਤੁਹਾਨੂੰ ਪਿੱਛੇ ਲੈ ਕੇ ਚੱਲਦੇ ਹਾਂ ਅੰਮ੍ਰਿਤ ਕੁੰਡ 'ਤੇ ਜਿੱਥੋਂ ਬਾਬਾ ਜੀ ਨੇ ਪਾਣੀ ਕੱਢਿਆ ਸੀ ਮਿੱਠਾ ਲਓ ਜੀ ਆ ਚਾਰ ਭਾਸ਼ਾ ਵਿੱਚ ਇਤਿਹਾਸ ਲਿਖਿਆ ਹੋਇਆ ਪੰਜਾਬੀ ਆ ਗਈ ਆਪਣੀ ਮਾਂ ਬੋਲੀ ਅਤੇ ਉੱਧਰ ਕੰਨੜਾ ਆ ਗਈ ਅਤੇ ਇੱਧਰ ਹਿੰਦੀ ਆ ਗਈ ਅਤੇ ਇੱਧਰ ਇੰਗਲਿਸ਼ ਆ ਗਈ ਅਤੇ ਪੜ੍ਹ ਸਕਦੇ ਪੌਜ਼ ਕਰਕੇ ਇਤਿਹਾਸ ਇੱਧਰ ਸੀ ਅੰਮ੍ਰਿਤ ਕੁੰਡ ਤੁਹਾਨੂੰ ਦਿਖਾਤਾ ਅਤੇ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਇੱਕ ਗੱਲ ਆਈ ਵੀ ਅੰਬਾਂ ਦੇ ਬੂਟੇ ਆ ਗਏ ਵੱਡੇ ਵੱਡੇ ਛਾਵਾਂ ਹੇਠਾਂ ਬੈਠੇ ਆ ਬਹੁਤ ਜ਼ਿਆਦਾ ਜਗ੍ਹਾ ਗੀ ਗੁਰਦੁਆਰਾ ਸਾਹਿਬ ਦੀ ਅਤੇ ਆ ਜਾਓ ਆਪਾਂ ਲੰਗਰ ਛਕਣ ਚੱਲਦੇ ਹਾਂ ਹੁਣ ਅਤੇ ਮਨ ਜਮ੍ਹਾਂ ਪਵਿੱਤਰ ਹੋ ਗਿਆ ਜਮ੍ਹਾਂ ਪੋਜ਼ੀਟਿਵ ਪੋਜ਼ੀਟਿਵ ਵਾਈਬਸ ਆ ਰਹੀਆਂ ਨੇ ਬਹੁਤ ਵਧੀਆ ਲੱਗੇ ਉਰੇ ਆ ਕੇ ਪਹਿਲੀ ਵਾਰ ਆਈ ਸੀ ਸਫਲ ਹੋ ਗਏ ਵਧੀਆ ਚਲੋ ਲੰਗਰ ਛਕ ਰਹੇ ਹਾਂ ਫਿਰ ਮਿਲਦਾ ਹੁਣ ਲਓ ਜੀ ਹੁਣ ਆਪਾਂ ਛਕ ਰਹੇ ਹਾਂ ਲੰਗਰ ਸੰਗਤ 'ਚ ਬਹਿ ਕੇ ਫਿਰ ਮਿਲਦੇ ਹਾਂ ਲਓ ਜੀ ਇਹ ਆ ਗਿਆ ਗੁਰਦੁਆਰੇ ਦੇ ਸਾਹਮਣੇ ਪਾਰਕ ਬਣਿਆ ਹੋਇਆ ਉਹ ਖੰਡਾ ਨਿਸ਼ਾਨ ਬਣਿਆ ਹੋਇਆ ਖੰਡੇ ਦਾ ਖੰਡਾ ਸਾਹਿਬ ਅਤੇ ਇੱਧਰ ਕੁਛ ਲਿਖਿਆ ਹੋਇਆ ਦਿਖਾਉਂਦੇ ਖੰਡੇ ਬਾਰੇ ਇਤਿਹਾਸ ਇਤਿਹਾਸ ਆ ਗਿਆ ਖੰਡੇ ਦਾ ਪੜ੍ਹ ਸਕਦੇ ਹੋ ਬਾਕੀ ਤੁਸੀਂ ਉੱਧਰ ਫੈਮਿਲੀ ਬੈਠੀ ਸੀ ਆਪਣੀ ਚਲੋ ਬਸ ਹੁਣ ਪਾਵਾਂ ਗਿਆ ਆਪਾਂ ਉੱਥੇ ਚੱਲੇ ਅਤੇ ਵਲੌਗ ਸਾਰਾ ਤੁਹਾਨੂੰ ਵੀਡੀਓ ਬਣਾ ਕੇ ਦਿਖਾਤਾ ਉੱਥੇ ਚੱਲਦੇ ਹਾਂ ਲਓ ਜੀ ਫਾਈਨਲੀ ਪਾ ਲਏ ਚੱਲੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਅਤੇ ਹੁਣ ਅਸੀਂ ਸਫ਼ਰ ਕਰਦੇ ਹਾਂ ਅਤੇ ਅੱਗੇ ਤੁਹਾਨੂੰ ਦਿਖਾਉਂਦੇ ਰਹਾਂਗੇ
ਲਓ ਜੀ ਪਹੁੰਚ ਗਏ ਸੀ ਤੇ ਸਫ਼ਰ ਬਹੁਤ ਲੰਬਾ ਰਿਹਾ ਕਹਿੰਦੇ 12-13 ਘੰਟਿਆਂ ਦਾ ਸਫ਼ਰ ਸੀ ਅਤੇ ਬਹੁਤ ਰਿਹਾ ਅਤੇ ਬਲੌਗ ਆਪਾਂ ਇੱਥੇ ਸਮਾਪਤ ਕਰ ਰਹੇ ਹਾਂ ਕੱਲ੍ਹ ਨੂੰ ਨਵਾਂ ਬਲੌਗ ਚਲਾਵਾਂਗੇ ਅਗਲੇ ਬਲੌਗ 'ਚ ਮਿਲਦਾ ਥੈਂਕਸ ਫੋਰ ਵਾਚਿੰਗ ਬਾਏ